ਡিয়ার ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜੋ ਪੀਐਸਟੈਟ ਪੇਪਰ 2 ਹੈ ਜੋ ਅਗਸਟ 2014 ਦੇ ਵਿੱਚ ਹੋਇਆ ਸੀ ਉਹਦੇ ਵਿੱਚ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਜਿਹੜੇ 1 2 30 ਕੁਐਸਚਨਸ ਨੇ ਉਹਨਾਂ ਨੂੰ ਅਸੀਂ ਸੋਲਵ ਕਰਾਂਗੇ ਡੈਸ਼ ਇਜ਼ ਦਾ ਪ੍ਰੋਪੋਨੈਂਟ ਆਫ ਕਨਸਟਰਕਟਿਵਿਸਟ ਫਰੇਮਵਰਕ ਨਿਰਮਾਣਵਾਦੀ ਢਾਂਚੇ ਦਾ ਸਿਰਜਕ ਹੈ ਮੀਨਸ ਕੀਨੇ ਇਹਦਾ ਜਿਹੜਾ ਫਰੇਮਵਰਕ ਹੈ ਬਣਾਇਆ ਜਾਂ ਇਹਨੂੰ ਤਿਆਰ ਕੀਤਾ ਪਿਆਜੇ ਨੇ ਵਾਈਲ ਸੋਲਵਿੰਗ ਅ ਪ੍ਰੋਬਲਮ ਇਫ ਐਨ ਇੰਡੀਵਿਜੂਅਲ ਰੀਚਸ ਦਾ ਸੋਲੂਸ਼ਨ ਆਫ ਅ ਸਡਨ ਵੀ ਸੇ ਥੈਟ ਹੀ ਹੈਜ਼ ਲਰਨਡ ਬਾ ਮੀਨਜ਼ ਜੇਕਰ ਇੱਕ ਸਮੱਸਿਆ ਦਾ ਹੱਲ ਲੱਭਦੇ ਹੋਏ ਇੱਕ ਜਿਹੜਾ ਵਿਅਕਤੀ ਹੈ ਵੀ ਅਚਾਨਕ ਹੀ ਉਹਨੂੰ ਸਮੱਸਿਆ ਦਾ ਹੱਲ ਲੱਭ ਜਾਂਦਾ ਹੈ ਤੇ ਅਸੀਂ ਕੀ ਕਹਿੰਦੇ ਆ ਕਿ ਉਹਨੇ ਕੀ ਸਿੱਖਿਆ ਇਨਸਾਈਟ ਇਨਸਾਈਟ ਹੁੰਦਾ ਹੈ ਅੰਤਰਦ੍ਰਿਸ਼ਟੀ ਮੀਨ ਜਿਹੜੀ ਅੰਤਰ ਸੂਝ ਹੈ ਉਹਦੇ ਨਾਲ ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੋਸਟ ਹਾਈਲਾਈਟਡ ਬਾਏ ਦਾ ਨੈਸ਼ਨਲ ਕਰਿਕੂਲਮ ਫਰੇਮਵਰਕ ਪੋਜੀਸ਼ਨ ਪੇਪਰ ਔਨ ਐਗਜ਼ਾਮੀਨੇਸ਼ਨ ਰੈਫਰਸ ਮੀਨ ਜੋ ਸਾਡੇ ਕੋਲ ਚਾਰ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ ਉਹਦੇ ਜੋ ਨੈਸ਼ਨਲ ਕਰਿਕੂਲਮ ਫਰੇਮਵਰਕ ਦੇ ਪੋਜੀਸ਼ਨ ਪੇਪਰ ਦੇ ਵਿੱਚ ਜਿਹੜੇ ਪ੍ਰੀਖਿਆ ਸੁਧਾਰ ਸਬੰਧੀ ਕਿਹੜੇ ਸੁਧਾਰ ਨੂੰ ਮੇਨਲੀ ਐਕਸਪ੍ਰੈਸ ਕੀਤਾ ਗਿਆ ਉਜਾਗਰ ਕੀਤਾ ਗਿਆ ਕੰਟੀਨਿਊਸ ਅਸੈਸਮੈਂਟ ਨੂੰ ਨਿਰੰਤਰ ਮੁਲਾਂਕਣ ਨੂੰ ਵਿਚ ਆਫ ਦਾ ਫੋਲੋਇੰਗ ਇਜ਼ ਦਾ ਕਰੈਕਟ ਸੀਕੁਐਂਸ ਹੁਣ ਅਸੀਂ ਇਨਕਰੈਕਟ ਨੂੰ ਨਹੀਂ ਪੜਾਂਗੇ ਜੋ ਕਰੈਕਟ ਸੀਕੁਐਂਸ ਹੈ ਮੈਂ ਤੁਹਾਨੂੰ ਉਹੀ ਦੱਸਦੀ ਆ ਅਟੈਂਸ਼ਨ ਰਿਟੈਂਸ਼ਨ ਪ੍ਰੋਡਕਸ਼ਨ ਐਂਡ ਮੋਟੀਵੇਸ਼ਨ ਮੀਨ ਜੇ ਸਭ ਤੋਂ ਪਹਿਲਾਂ ਇਕਾਗਰਤਾ ਜ਼ਰੂਰੀ ਹੈ ਅਟੈਂਸ਼ਨ ਦੈਨ ਰਿਟੈਂਸ਼ਨ ਜਦੋਂ ਇਕਾਗਰਤਾ ਹੋਏਗੀ ਤਾਂ ਆਟੋਮੈਟਿਕਲੀ ਅਸੀਂ ਧਾਰਨ ਕਰਾਂਗੇ ਕੁਝ ਨਾ ਕੁਝ ਸਿੱਖਾਂਗੇ ਤੇ ਜਦੋਂ ਅਸੀਂ ਕੁਝ ਸਿੱਖ ਲਏ ਤਾਂ ਪ੍ਰੋਡਕਸ਼ਨ ਹੋਏਗੀ ਤੇ ਜਦੋਂ ਅਸੀਂ ਤੀਨੇ ਸਟੈਪ ਪਹਿਲੇ ਪੂਰੇ ਕਰ ਲੇ ਤਾਂ ਉਹ ਨਾਲ ਸਾਨੂੰ ਜਿਹੜੀ ਮੋਟੀਵੇਸ਼ਨ ਆ ਉਹ ਮਿਲੇਗੀ ਨੈਕਸਟ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਇਨਵੋਲਵਡ ਇਨ ਦਾ ਮੈਕੈਨਿਜ਼ਮ ਵਾਈ ਵਾਈਲ ਚਿਲड्रन ਡਿਵਲਪ देयर ਨੋਲੇਜ ਥਰੂ ਸੋਸ਼ਲ ਡਾਇਲੋਗ ਹੈ ਇੱਥੇ ਲਿਖਿਆ ਚ ਕਿਹੜਾ ਸਮਾਜਿਕ ਸੰਵਾਦ ਰਹਿੰ ਮੀਨਸ ਜਿਹੜੀ ਸੀ ਗੱਲਬਾਤ ਕਰਦੇ ਆ ਬੱਚਿਆਂ ਦੇ ਗਿਆਨ ਦੇ ਵਿਕਾਸ ਦੀ ਵਿਧੀ ਵਿੱਚ ਸ਼ਾਮਿਲ ਨਹੀਂ ਹੈ स्कैफ होल्डिंग uh, भी है जोन ऑफ प्रोक्सीमल डेवलपमेंट भी है तो सोशल लर्निंग भी है मीनज सोसाइटी रेंदे हुए बच्चे सीख संबंधित की की है बट इंटरनलाइजेशन नहीं है आत्मसात करना नहीं है नैक्सट है वैन अ चाइल्ड इज नॉट एबल टू कंसैपचुलाइज कंजरवेशन ऑफ मॉस विच लॉजिकल ऑपरेशन ਇਜ ਹੀ ਨਾਟ ਏਬਲ ਟੂ ਕੈਰੀ ਆਊਟ ਪਹਿਲਾਂ ਤਾਂ ਤੁਸੀਂ ਬੱਚੇ ਇਹ ਧਿਆਨ ਰੱਖਣਾ ਵੀ ਨਾਟ ਜਿੱਥੇ ਆ ਗਿਆ ਕਈ ਵਾਰ ਸੀ ਇਸ ਵਰਡ ਨੂੰ ਧਿਆਨ ਨਾਲ ਨਹੀਂ ਦੇਖਦੇ ਤਾਂ ਵੀ ਸਾਡਾ ਜਿਹੜਾ ਕੁਐਸਚਨ ਉਹ ਗਲਤ ਹੋ ਜਾਂਦਾ ਹੈ ਮੀਨਜ਼ ਜਦੋਂ ਕੋਈ ਬੱਚਾ ਦਰਵਮਾਨ ਦੀ ਸੁਰੱਖਿਆ ਦੀ ਸੰਕਲਪਨਾ ਨਹੀਂ ਕਰ ਸਕਦਾ ਤਾਂ ਉਸ ਵਿੱਚ ਕਿਹੜੀ ਜਿਹੜੀ ਤਾਰਕੀ ਕਰਨ ਮੀਨਜ਼ ਲੌਜੀਕ ਕਰਨ ਦੀ ਜਿਹੜੀ ਸਮਰੱਥਾ ਉਹ ਕਿਹੜੀ ਉਹਦੇ ਵਿੱਚ ਨਹੀਂ ਹੁੰਦੀ ਰਿਵਰਸਿਬਿਲਟੀ ਮੀਨਜ਼ ਪਰਿਵਰਤਤਾ ਮੀਨਜ਼ ਇੱਕ ਬੱਚੇ ਨੂੰ ਖਾਸੀ ਕੋਈ ਕੁਐਸਚਨ ਕੀਤਾ ਬੱਚਾ ਜੇ ਤੁਹਾਨੂੰ ਨਾਲ ਦੀ ਨਾਲ ਰਿਸਪਾਂਸ ਨਹੀਂ ਦਦਾ ਦਾ ਮਤਲਬ ਕੀ ਹੈ ਕਿ ਉਸ ਵਿੱਚ ਜੋ ਰਿਵਰਸਿਬਿਲਟੀ ਹੈ ਉਹ ਨਹੀਂ ਹੈ ਮੀਨਸ ਉਹ ਲੌਜੀਕ ਨਹੀਂ ਕਰ ਸਕਦਾ ਤਰਕ ਦੇ ਹਿਸਾਬ ਨਾਲ ਗੱਲ ਨਹੀਂ ਕਰ ਸਕਦਾ ਨਹੀਂ ਜਵਾਬ ਦੇ ਸਕਦਾ ਦਾ ਆਈਡੀਆ ਦੈਟ ਰਿਗਾਰਡਸ ਲੈਂਗੁਏਜ ਐਸ ਅ ਯੂਨੀਕਰਲੀ ਹਿਊਮਨ ਅਕੰਪਲਿਸ਼ਮੈਂਟ ਅਟੈਚਡ ਇਨਟੂ ਦਾ ਸਟਰਕਚਰ ਆਫ ਦਾ ਬ੍ਰੇਨ ਕੈਨ ਬੀ ਕਾਲਡ ਐਸ ਮੀਨਸ ਇਸ ਤਰ੍ਹਾਂ ਦੀ ਧਾਰਨਾ ਆਈਡੀਆ ਜੋ ਭਾਸ਼ਾ ਨੂੰ ਦਿਮਾਗ ਦੀ ਸਰੰਚਨਾ ਵਿੱਚ ਅੰਕਿਤ ਅਨੋਖੀ ਮਾਨਵ ਸਿੱਧੀ ਦੇ ਰੂਪ ਵਿੱਚ ਵੇਖਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਨੈਟਿਵਿਸਟ ਅਨੁਵੰਸ਼ਿਕਤਾਵਾਦੀ ਵਿਚ ਆਫ ਦਾ ਫੋਲੋਇੰਗ ਇਜ਼ ਇੰਪੋਰਟੈਂਟ ਫਾਰ ਲੈਂਗੁਏਜ ਪ੍ਰੋਡਕਸ਼ਨ ਇਨ ਹਿਊਮਨਸ ਜਿੱਕਰ ਹੁਣ ਅਸੀਂ ਹਿਊਮਨ ਬੀਿੰਗ ਦੇ ਵਿੱਚ ਜਿਹੜੀ ਭਾਸ਼ਾ ਲੈਂਗੁਏਜ ਆ ਉਹ ਡਿਵੈਲਪ ਕਰਨੀ ਹੈ ਤਾਂ ਉਹਦੇ ਲਈ ਕੀ ਮਹੱਤਵਪੂਰਨ ਹੈ ਬਰੋਕਾਸ ਏਰੀਆ ਬਰੋਕਾ ਖੇਤਰ ਨੈਕਸਟ ਕੁਐਸਚਨ ਹੈ ਐਸ ਪਰ ਐਰੀਕਸਨ ਥਿਉਰੀ ਇਨ ਵਿੱਚ 스테जेस ਐਸ ਇਜ਼ ਅ ਚਾਈਲਡ ਮੋਸਟ ਐਗਰ ਟੂ ਲਰਨ ਐਂਡ ਮਾਸਟਰ ਸਕਿਲਸ ਵੈਲਿਊਡ ਇਨ ਹਿਸ ਕਲਚਰ ਮੀਨਸ ਜੋ ਐਰੀਕਸਨ ਇਸ ਸੰਖਾਪ ਦਿੱਤਾ ਹੋਇਆ ਹੈ ਮੀਨਸ ਬੱਚਾ ਕਿਹੜੇ ਸਟੈਪ ਤੇ ਆਪਣੇ ਸੱਭਿਆਚਾਰ ਦੀ ਜਿਹੜੀ ਨੌਲੇਜ ਹੈ ਜਾਂ ਉਹਦੇ ਬਾਰੇ ਜਿਹੜੀ ਸਮਝਣ ਵਾਲੇ ਕੌਸ਼ਲ ਨੇ ਉਹਨਾਂ ਨੂੰ ਸਿੱਖਣ ਤੇ ਉਹਦੇ ਵਿੱਚ ਜਿਹੜੀ ਵਿਸ਼ੇਸ਼ਕਤਾ ਮੀਨ ਸਪੈਸ਼ਲਾਈਜੇਸ਼ਨ ਉਹ ਚ ਮਾਸਟਰ ਹਾਸਲ ਕਰਨ ਦੇ ਲਈ ਰੀਜਵਾਨ ਹੁੰਦਾ ਹੈ ਇੰਡਸਟਰੀ ਵਰਸਸ ਇਨਫੀਰੀਓਰਿਟੀ ਮਿਹਨਤ ਬਨਾਮ ਹੀਣਤਾ ਹੁਣ ਕੀ ਹੁੰਦਾ ਵੀ ਜਿਸ ਤਰ੍ਹਾਂ ਦੇ ਕੰਟਰੀ ਦੇ ਵਿੱਚ ਅਸੀਂ ਰਹੇ ਨੇ ਜਿਵੇਂ ਕਿ ਅਸੀਂ ਇੰਡੀਆ ਦੀ ਗੱਲ ਕਰ ਲਈ ਸੀ ਕਿ ਸੋਚਦੇ ਹਾਂ ਕਿ ਅਸੀਂ ਬਹੁਤ ਪੜੇ ਲਿਖਿਆ ਸੀ ਮਿਹਨਤ ਵੀ ਕਰਦੇ ਆਂ ਬਟ ਕੀ ਹੈ ਸਾਨੂੰ ਜਿਹੜੀ ਮਿਹਨਤ ਕਰਨ ਦੇ ਬਾਵਜੂਦ ਵੀ ਅਸੀਂ ਇਨਫੀਰੀਓਰਿਟੀ ਕੰਪਲੈਕਸ ਆਪਣੇ ਵਿੱਚ ਲੈ ਕੇ ਆਉਂਦੇ ਆਂ ਨੈਕਸਟ ਕੁਐਸਚਨ ਇਨ ਐਨ ਇਨਕਲੂਸਿਵ ਸੈਟਅਪ ਸਮਾਵੇਸ਼ੀ ਤਾਂਚੇ ਦੇ ਵਿੱਚ ਕੀ ਹੁੰਦਾ ਹੈ ਦ ਸਕੂਲ ਹੈਜ਼ ਫਲੈਕਸੀਬਲ ਕਰਿਕੂਲਮ ਟੂ ਅਕਾਮੋਡੇਟ ਈਚ ਚਾਈਲਡ ਸਕੂਲ ਦਾ ਜਿਹੜਾ ਕਰਿਕੂਲਮ ਆ ਫਲੈਕਸੀਬਲ ਹੁੰਦਾ ਹੈ ਤਾਂ ਜੋ ਜਿਹੜਾ ਹਰੇਕ ਬੱਚਾ ਹੈ ਉਹ ਦੇ ਵਿੱਚ ਆਪਣੇ ਆਪ ਨੂੰ ਅਡਜਸਟ ਕਰ ਸਕੇ ਆਪਣੇ ਆਪ ਨੂੰ ਢਾਲ ਸਕੇ ਵੈਨ ਅ ਟੀਚਰ ਗੇਗਸ ਦ ਪ੍ਰੀਵੀਅਸ ਨੋਲੇਜ ਆਫ ਹਿਸ ਲਰਨਸ ਲਰਨਰਸ ਹੀ ਇਜ਼ ਇਨਵੋਲਵਡ ਇਨ ਜਦੋਂ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਪੂਰਵ ਗਿਆਨ ਸਮਰੱਥਾ ਨੂੰ ਪਰਖਦਾ ਹੈ ਪ੍ਰੀਵੀਅਸ ਨੋਲਿਜ ਨੂੰ ਟੈਸਟ ਕਰਦਾ ਹੈ ਤਾਂ ਉਹਦੇ ਵਿੱਚ ਕੀ ਸ਼ਾਮਿਲ ਹੁੰਦਾ ਹੈ ਅਸੈਸਮੈਂਟ ਫਾਰ ਲਰਨਿੰਗ ਸਿੱਖਣ ਦੇ ਲਈ ਮੁਲਾਂਕਣ ਇਨ ਆਰਡਰ ਟੂ ਸਟੱਡੀ ਦਾ ਇਨਫਲੂਐਂਸ ਆਫ এনवायरमेंट ਔਨ ਇੰਟੈਲੀਜੈਂਸ ਵਿਚ ਆਫ ਦਾ ਫੋਲੋਇੰਗ ਮੈਥਡ ਇਜ਼ ਨਾਟ ਸੂਟੇਬਲ ਮੀਨਸ ਬੁੱਧੀ ਤੇ ਵਾਤਾਵਰਨ ਦੇ ਪ੍ਰਭਾਵ ਦੀ ਜੇਕਰ ਸਟੱਡੀ ਕਰਨੀ ਹੈ ਅਧਿਐਨ ਕਰਨਾ ਹੈ ਤਾਂ ਕਿਹੜੀ ਵਿਧੀ ਇਹਦੇ ਵਿੱਚ ਕਾਰਗਰ ਨਹੀਂ ਹੈ ਮੀਨਸ ਸਹੀ ਨਹੀਂ ਹੈ ਸਾਈਕੋਲੋਜੀਕਲ ਸਟੱਡੀਜ਼ ਅਸੀਂ ਟਵਿਨ ਸਟੱਡੀ ਵੀ ਕਰ ਸਕਦੇ ਹਾਂ ਔਰ ਆਪਸ਼ਨ ਸਟੱਡੀਜ਼ ਵੀ ਤੇ ਲੌਂਗੀਟਿਊਡਨਲ ਸਟੱਡੀ ਵੀ ਬਟ ਜਿਹੜੀ ਸਾਈਕੋਲੋਜੀਕਲ ਸਟੱਡੀ ਹੈ ਉਹ ਇਹਦੇ ਵਿੱਚ ਜਿਹੜੀ ਜ਼ਿਆਦਾ ਕਾਰਗਰ ਹੈ ਜਾਂ ਜ਼ਿਆਦਾ ਜਿਹੜੀ ਵਿਧੀ ਬੈਨੀਫੀਸ਼ੀਅਲ ਹੋ ਸਾਬਿਤ ਨਹੀਂ ਹੋਏਗੀ ਫਾਰ ਅ ਟੀਚਰ ਦਾ ਪ੍ਰਾਇਮਰੀ ਆਬਜੈਕਟਿਵ ਆਫ ਅਸੈਸਮੈਂਟ ਸ਼ੁੱਡ ਬੀ ਹੁਣ ਜਿਹੜਾ ਪ੍ਰਾਇਮਰੀ ਅਧਿਆਪਕ ਹੈ ਪ੍ਰਾਇਮਰੀ ਕਲਾਸਮਿੰਸ ਮੀਨਜ਼ ਮੋਡਲਾ ਉਦੇਸ਼ ਕੀ ਹੋਣਾ ਚਾਹੀਦਾ ਹੈ ਇੱਕ ਅਧਿਆਪਕ ਦੇ ਲਈ ਜਦੋਂ ਉਹਨੇ ਇਵੈਲੂਏਸ਼ਨ ਕਰਨੀ ਹੈ ਪ੍ਰਾਇਮਰੀ ਆਬਜੈਕਟਿਵ ਕੀ ਹੋਣਾ ਚਾਹੀਦਾ ਹੈ ਆਇਡੈਂਟੀਫਾਈਂਗ ਗੈਪਸ ਇਨ ਦਾ ਅਚੀਵਮੈਂਟ ਆਫ ਸਟੂਡੈਂਟਸ ਐਂਡ ਹੈਲਪਿੰਗ ਇਨ ਬ੍ਰਿਜਿੰਗ ਥੀਸ ਗੈਪਸ ਕੀ ਦੇਖਣਾ ਹੈ ਅਧਿਆਪਕ ਨੇ ਕਿ ਵਿਦਿਆਰਥੀਆਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਪਲਬਧੀਆਂ ਨੇ ਉਹਨਾਂ ਦੇ ਵਿਚਲਾ ਜਿਹੜਾ ਗੈਪ ਹੈ ਖੱਪੇ ਨੇ ਉਹਨਾਂ ਦੀ ਪਛਾਣ ਕਰਨਾ ਤੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਹੈਲਪ ਕਰਨਾ Which of the following is not a part of social learning theory Hun imitation vi hai modeling vi hai observation vi hai behavioral manifestation ed vich shamil nahi hai means viharkik pragat karna jo social learning hai ed vich nahi aunda Who among the following highlighted the highlighted that learning is a socially mediated process ਹੇਠ ਲਿਖਿਆਂ ਵਿੱਚੋਂ ਮੀਨਸ ਕਿਹੜਾ ਜਿਹੜਾ ਚਿੰਤਕ ਹੈ ਜਿਨੇ ਸਿੱਖਲਾਈ ਨੂੰ ਲਰਨਿੰਗ ਨੂੰ ਇਹ ਕਿਹਾ ਕਿ ਇਹ ਸਮਾਜਿਕ ਮੱਧ ਸਥਿਤੀ ਪ੍ਰਕਿਰਿਆ ਹੈ ਵਾਈਗੋਟਸਕੀ ਨੇ ਨੈਕਸਟ ਕੁਐਸਚਨ ਹੈ ਅ ਚੇਂਜ ਇਸ ਅ ਚੇਂਜ ਇਨ ਦਾ ਮੈਂਟਲ ਪ੍ਰੋਸੈਸ ਥੈਟ ਅੰਡਰਲਾਈਕ ਆਲ ਲਰਨਿੰਗ ਐਂਡ ਪਰਫਾਰਮੈਂਸ ਕੈਨ ਬੀ ਰੈਫਰਡ ਟੂ ਐਸ ਮੀਨ ਜਿਹੜੀ ਸਮੁੱਚੀ ਸਿੱਖਲਾਈ ਹੈ ਕੰਪਲੀਟ ਲਰਨਿੰਗ ਹੈ ਅਤੇ ਪ੍ਰਦਰਸ਼ਨ ਦੇ ਮੂਲ ਦੇ ਵਿੱਚ ਜਿਹੜੇ ਮਾਨਸਿਕ ਪ੍ਰਕਿਰਿਆਵਾਂ ਵਿੱਚਲਾ ਪਰਿਵਰਤਨਾ ਉਹਨੂੰ ਕੀ ਕਿਹਾ ਜਾਂਦਾ ਹੈ ਕਾਗਨੀਟਿਵ ਡਵੈਲਪਮੈਂਟ ਗਿਆਨਾਤਮਕ ਵਿਕਾਸ ਕਿਉਂਕਿ ਜਦੋਂ ਜਿਹੜੇ ਮੈਂਟਲ ਪ੍ਰੋਸੈਸ ਆ ਉਹਦੇ ਵਿੱਚ ਚੇਂਜ ਆਉਂਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਇਸ ਕਰਕੇ ਅਸੀਂ ਇਹਨੂੰ ਕਹਾਂਗੇ ਕਾਗਨੀਟਿਵ ਡਵੈਲਪਮੈਂਟ ਗਿਆਨਾਤਮਕ ਵਿਕਾਸ ਨੈਕਸਟ ਕੁਐਸਚਨ ਹੈ ਪ੍ਰੇਮਾ ਸੀਮਸ ਟੂ ਬੀ ਓਵਰਲੋਡਡ ਵਿਦ એનર્ਜੀ ਹੁਣ ਜਿਹੜੀ ਪ੍ਰੇਰਣਾ ਹੈ ਉਹ ਊਰਜਾ ਦੇ ਨਾਲ ਭਰੀ ਹੋਈ ਹੈ ਇੱਕ ਕਿਸੇ ਬੱਚੇ ਦੀ ਗੱਲ ਕੀਤੀ ਗਈ ਹੈ ਸ਼ੀ ਬਾਉਂਸਸ ਔਨ ਹਰ ਸੀਟ ਉਹ ਆਪਣੀ ਸੀਟ ਦੇ ਉੱਪਰ ਮੀਨਸ ਟਿੱਕੇ ਨਹੀਂ ਬੈਠਦੀ ਐਂਡ ਫ੍ਰੀਕੁਐਂਟਲੀ ਇੰਟਰਰਪਟਸ ਅਦਰਸ ਤੇ ਉਹ ਦੂਸਰਿਆਂ ਨੂੰ ਵੀ ਬਾਰ-ਬਾਰ ਇੰਟਰਰਪਟ ਕਰਦੀ ਹੈ ਪਰੇਸ਼ਾਨ ਕਰਦੀ ਹੈ ਟੋਕਦੀ ਹੈ ਇਟ ਇਜ਼ ਡਿਫਿਕਲਟ ਫਾਰ ਹਰ ਟੂ ਫੋਕਸ ਐਂਡ ਲਿਸਨ ਟੂ ਹਰ ਟੀਚਰ ਮੀਨਸ ਉਹਦੇ ਲਈ ਬਹੁਤ ਔਖਾ ਹੈ ਕਨਸੈਂਟਰੇਸ਼ਨ ਬਣਾਉਣਾ ਤੇ ਆਪਣੇ ਟੀਚਰ ਨੂੰ ਸੁਣਨਾ ਸ਼ੀ ਮੇ ਬੀ ਆਇਡੈਂਟੀਫਾਈਡ ਵਿਦ ਹੁਣ ਅਸੀਂ ਉਹਨੂੰ ਕਿਸ ਤਰੀਕੇ ਨਾਲ ਆਇਡੈਂਟੀਫਾਈ ਕਰਾਂਗੇ ਏ ਡੀ ਐਚ ਡੀ ਦਾ ਪਰਸਨ ਵਿਦ ਡਿਸੇਬਿਲਟੀ ਐਕਟ 1995 ਐਮਫਸਾਈਜ਼ਸ ਹੁਣ ਜਿਹੜਾ 1995 ਦਾ ਐਕਟ ਹੈ ਪਰਸਨ ਵਿਦ ਡਿਸੇਬਿਲਟੀ ਐਕਟ ਉਹਦੇ ਵਿੱਚ ਕਿਸ ਗੱਲ ਤੇ ਉੱਪਰ ਜ਼ੋਰ ਦਿੱਤਾ ਗਿਆ ਹੈ ਇਕੁਅਲ ਆਪਰਚ्युनिटी ਵੀ ਹੈ ਪ੍ਰੋਟੈਕਸ਼ਨ ਆਫ ਰਾਈਟਸ ਤੇ ਵੀ ਹੈ ਤੇ ਫੁੱਲ ਪਾਰਟਿਸਪੇਸ਼ਨ ਦੇ ਵੀ ਹੈ ਇਸ ਕਰਕੇ ਰਾਈਟ অপਸ਼ਨ ਇਜ਼ ਡੀ ਮੀਨਸ ਉਪਰੋਕਤ ਸਾਰੇ ਹੀ ਅਕੋਰਡਿੰਗ ਟੂ ਪਿਆਜੇ ਐਟ ਵਿਚ ਆਫ ਦਾ ਫੋਲੋਇੰਗ ਸਟੇਜ ਡਸ ਦਾ ਚਾਈਲਡ ਬਿਗਨ ਟੂ ਥਿੰਕ ਲੌਜੀਕਲੀ ਅਬਾਊਟ ਦਾ ਐਬਸਟ੍ਰੈਕਟ ਕਨਸੈਪਟ ਪਿਆਜੇ ਦੇ ਅਨਸਾਰ ਜਿਹੜੇ ਹੇਠ ਲਿਖੇ ਸਟੈਪ ਦਿੱਤੇ ਗਏ ਨੇ ਉਹਨਾਂ ਦੇ ਵਿੱਚੋਂ ਬੱਚਾ ਕਿਹਦੇ ਵਿੱਚ ਜਿਹੜੇ ਅਮੂਰਤ ਸੰਕਲਪ ਨੇ ਅਮੂਰਤ ਮੀਨਸ ਜਿਨ੍ਹਾਂ ਨੂੰ ਨਹੀਂ ਦੇਖਿਆ ਜਾ ਸਕਦਾ ਉਹਨਾਂ ਬਾਰੇ ਬੱਚਾ ਤਾਰਕਿਕ ਮੀਨਸ ਲੌਜੀਕ ਰੂਪ ਦੇ ਵਿੱਚ ਸੋਚਣਾ ਸ਼ੁਰੂ ਕਰ ਦਿੰਦਾ ਹੈ formal operational stage ਦੇ ਵਿੱਚ ਜਿਹੜੀ ਉਪਚਾਰਿਕ ਸੰਕਿਰਿਆਤਮਿਕ ਪੜਾਅ ਹੈ ਉਹਦੇ ਵਿੱਚ which of the following is not a matter of debate in developmental psychology ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਾਸਾਤਮਕ ਮਨੋਵਿਗਿਆਨ ਵਿੱਚ ਚਰਚਾ ਦਾ ਵਿਸ਼ਾ ਨਹੀਂ ਮੰਨਿਆ ਜਾਂਦਾ ਮਾਈਂਡ ਬਾਡੀ ਮਨ ਸਰੀਰ ਨੇਚਰ ਤੇ ਨਰਚਰ ਵਨ ਕੋਰਸ ਆਫ ਡਿਵੈਲਪਮੈਂਟ ਮੈਨੀ ਕੋਰਸਸ ਆਫ ਡਿਵੈਲਪਮੈਂਟ ਸਟੇਜ ਵਾਈਜ਼ ਨੋ ਸਟੇਜ ਇਹ ਸਾਰਾ ਇਹਦੇ ਵਿੱਚ ਜਿਹੜਾ ਬਾਕੀ ਸ਼ਾਮਿਲ ਨੇ ਇਨ ਵਿਚ ਆਫ ਦਾ ਫੋਲੋਇੰਗ ਸਟੇजेस ਚਿਲड्रन ਆਰ ਏਬਲ ਟੂ ਅੰਗੇਜ ਇਨ ਮੇਕ ਬਲੀਵ ਪਲੇ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਸਟੈਪ ਦੇ ਵਿੱਚ ਜਿਹੜਾ ਬੱਚਾ ਉਹ ਕ੍ਰਿਤਿਕ ਵਿਸ਼ਵਾਸ ਮੀਨਸ ਮੇਕ ਬਲੀਵ ਖੇਡ ਦੇ ਵਿੱਚ ਰੁੱਝਿਆ ਰਹਿੰਦਾ ਹੈ ਪ੍ਰੀ ਆਪਰੇਸ਼ਨਲ ਦੇ ਵਿੱਚ ਪੂਰਵ ਸੰਕ੍ਰੇਤਯਮਕ ਪੜਾਅ ਦੇ ਵਿੱਚ ਨੈਕਸਟ ਕੁਐਸਚਨ ਹੈ ਵੈਨ ਅ ਚਾਈਲਡ ਗਿਵਸ ਇਨ ਟੂ ਅ ਪੀਅਰ ਪ੍ਰੈਸ਼ਰ then he may be said to be conforming means ਜਦੋਂ ਬੱਚਾ ਆਪਣੇ ਸਾਥੀਆਂ ਦੇ ਦਬਾਅ ਦੇ ਵਿੱਚ ਆ ਜਾਂਦਾ ਹੈ ਮੀਨਸ ਪੀਅਰ ਪ੍ਰੈਸ਼ਰ ਉਹਨਾਂ ਨੇ ਗੱਲਾਂ ਸੁਣਨ ਲੱਗ ਜਾਂਦਾ ਹੈ ਤੇ ਉਸ ਤਰੀਕੇ ਨਾਲ ਹੀ ਜਿਹੜਾ ਬਿਹੇਵਰ ਕਰਨਾ ਸ਼ੁਰੂ ਕਰਦਾ ਹੈ ਤਾਂ ਉਸ ਅਸੀਂ ਜਿਹੜੀ ਸਥਿਤੀ ਨੂੰ ਸਿਚੁਏਸ਼ਨ ਨੂੰ ਕੀ ਕਹਾਂਗੇ ਅਨੁਸਾਰਨ ਕਰਨਾ ਕਨਫਾਰਮਿੰਗ ਨੈਕਸਟ ਹੈ ਵਾਟ ਡੂ ਯੂ ਮੀਨ ਬਾਈ ਫੈਸ ਐਫ اے ਐਸ ਫੈਸ ਦੀ ਹੁਣ ਤੁਸੀਂ ਫੁੱਲ ਫਾਰਮ ਦੱਸਣੀ ਹੈ ਫਰਟਲ ਐਲਕੋਹੋਲਿਕ ਸਿੰਡਰਮ fs fital alcohol syndrome which of the following is not a way to formative assessment on formative assessment de sab to pehla dekh lo kede kede vye ne assignments vi ditte jande hunde vich group work vi hunda hai te classroom discussions vi hundiyan ne annual examination de, is de vich shamil nahi means salana pariksha is to bahar dash involves an ability to manage your own thinking and problem solving ਡੈਸ਼ ਵਿੱਚ ਤੁਹਾਡੇ ਸਵੈ ਚਿੰਤਨ ਅਤੇ ਸਮੱਸਿਆ ਦਾ ਹੱਲ ਕਰਨ ਦੀ ਯੋਗਤਾ ਹੈ ਹੁਣ ਕਿਦੇ ਵਿੱਚ ਮੈਟਾ ਕಾಗ್ਨਿਟਿਵ ਸਕਿਲਸ ਮੈਟਾ ਜਿਹੜੇ ਗਿਆਨਾਤਮਕ ਕੌਸ਼ਲ ਨੇ ਉਹਦੇ ਵਿੱਚ ਨੈਕਸਟ ਕੁਐਸਚਨ ਹੈ ਅ ਕਰਿਕੂਲਮ ਮੋਡੀਫਿਕੇਸ਼ਨ ਪ੍ਰੋਗਰਾਮ ਡਵੈਲਪਡ ਇਨ ਰਿਟਨ ਫਾਰਮ ਟੂ ਫੈਸਿਲਿਟੇਟ ਦਾ ਐਜੂਕੇਸ਼ਨਲ ਐਕਸਪੀਰੀਐਂਸਸ ਆਫ ਈਚ ਚਾਈਲਡ ਵਿਦ ਸਪੈਸ਼ਲ ਨੀਡਸ ਇਜ਼ ਕਾਲਡ ਮੀਨਸ ਵਿਸ਼ੇਸ਼ ਲੋੜਾਂ ਵਾਲੇ ਹਰੇਕ ਬੱਚੇ ਦੇ ਜਿਹੜੀ ਐਜੂਕੇਸ਼ਨਲ ਐਕਸਪੀਰੀਅੰਸ ਹੁੰਦੇ ਨੇ ਉਹਨਾਂ ਨੂੰ ਈਜ਼ੀ ਕਰਨ ਦੇ ਲਈ ਸੌਖਾ ਕਰਨ ਦੇ ਲਈ ਲਿਖਤ ਰੂਪ ਦੇ ਵਿੱਚ ਜਿਹੜਾ ਕਰੀਕੂਲਮ ਦੇ ਵਿੱਚ ਮੋਡੀਫਿਕੇਸ਼ਨ ਹੁੰਦੀ ਹੈ ਜਾਂ ਉਹਦੇ ਵਿੱਚ ਸੋਧ ਹੁੰਦੀ ਹੈ ਉਸ ਕੰਮ ਨੂੰ ਕੀ ਕਿਹਾ ਜਾਂਦਾ ਹੈ ਇੰਡੀਵਿਜੂਅਲਾਈਜ਼ਡ ਐਜੂਕੇਸ਼ਨਲ ਪ੍ਰੋਗਰਾਮ ਵਿਅਕਤੀਗਤ ਵਿਦਿਅਕ ਪ੍ਰੋਗਰਾਮ ਨੈਕਸਟ ਕੁਐਸਚਨ ਹੈ ਹੂ ਸਟਰੋਂਗਲੀ ਕਲੇਮਡ ਥੈਟ ਹੀ ਕੈਨ ਟ੍ਰੇਨ ਐਨ ਇੰਡੀਵਿਜੂਅਲ ਟੂ ਬੀ ਐਨੀਥਿੰਗ ਹੀ ਵਾਂਟਡ irrespective of his her tendencies abilities race culture etc ਕਿਹੜਾ ਜਿਹੜਾ ਚਿੰਤਕ ਉਹਨੇ ਕਿਹਾ ਹੈ ਜਾਂ ਦਾਵਾ ਕੀਤਾ ਹੈ ਕਿ ਉਹ ਵਿਅਕਤੀਆਂ ਨੂੰ ਉਸ ਦੀਆਂ ਜਿਹੜੀਆਂ ਪ੍ਰਵਿਰਤੀਆਂ ਨੇ ਮੀਨਸ ਉਹਦੇ ਟੈਂਡੈਂਸੀਜ਼ ਨੇ ਉਹਦੀਆਂ ਯੋਗਤਾਵਾਂ ਨੇ ਕਿਹੜੀ ਰੇਸ ਨਾਲ ਸੰਬੰਧਿਤ ਹੈ ਤੇ ਕਿਸ ਤਰ੍ਹਾਂ ਦਾ ਸੱਭਿਆਚਾਰ ਉਹਦੇ ਤੇ ਬਿਨਾਂ ਧਿਆਨ ਦਿੱਤੇ ਮੀਨਸ ਉਹਨੂੰ ਆਪਣੀ ਇੱਛਾ ਅਨੁਸਾਰ ਕੁਝ ਵੀ ਬਣਾਉਣ ਦੇ ਲਈ ਸਿੱਖਿਆਤ ਕਰ ਸਕਦਾ ਹੈ ਵਾਟਸਨ ਨੇ ਕਿਹਾ ਮੀਨਸ ਅਸੀਂ ਜਿਹੜਾ ਇੱਕ ਟੀਚਰ ਹੈ ਜਦੋਂ ਉਹਨੇ ਬੱਚਿਆਂ ਨੂੰ ਪੜਾਉਣਾ ਹੈ ਤਾਂ ਉਹ ਇਹਨਾਂ ਚੀਜ਼ਾਂ ਦਾ ਬਿਨਾਂ ਧਿਆਨ ਦਿੱਤੇ 20 ਵਿਦਿਆਰਥੀਆਂ ਨੂੰ ਟ੍ਰੇਨਡ ਕਰ ਸਕਦਾ ਹੈ ਇਹ ਵਾਟਸਨ ਨੇ ਆਪਣੀ ਜਿਹੜੀ ਸਟੇਟਮੈਂਟ ਹੈ ਉਹ ਦਿੱਤੀ ਹੈ ਨੈਕਸਟ ਹੈ ਆਇਡੈਂਟੀਟੀ ਵਰਸਸ ਰੋਲ ਕਨਫਿਊਜ਼ਨ ਵਾਸ ਦਾ ਕਨਸੈਪਟ 기ਵਨ ਬਾਈ ਪਹਿਲਾਂ ਤਾਂ ਇੰਨਾ ਕੀ ਅਸੀਂ ਇਹਨੂੰ ਹੱਲ ਕਰਦੇ ਹਾਂ ਕਿਹਨੇ ਦਿੱਤਾ ਸੀ ਇਹ ਐਰਿਕਸਨ ਦੇ ਦੁਆਰਾ ਦਿੱਤਾ ਗਿਆ ਸੀ ਕਿ ਆਇਡੈਂਟੀਟੀ ਹੁੰਦਾ ਹੈ ਆਪਣੀ ਪਛਾਣ ਹੁੰਦਾ ਤੇ ਰੋਲ ਕਨਫਿਊਜ਼ਨ ਹੁੰਦਾ ਹੈ ਭੂਮਿਕਾ ਦਾ ਦਵੰਦ ਮੀਨਸ ਕੋਈ ਕਨਫਿਊਜ਼ਨ ਹੋਣੀ ਐ ਐਰਿਕਸਨ ਨੇ ਦਿੱਤਾ ਸੀ ਐਂਡ ਹੈਪਨਸ ਇਨ ਡੈਸ਼ ਸਟੇਜ ਤੇ ਕਿਹੜੀ ਸਟੇਜ ਤੇ ਵਾਪਰਦਾ ਹੈ ਅਡੋਲਸੈਂਸ ਸਟੇਜ ਦੇ ਵਿੱਚ ਜਦੋਂ ਬੱਚੇ 13 14 ইয়ার্স ਤੋਂ প্লাস ਹੋਣ ਲੱਗਦੇ ਨੇ ਉਦੋਂ ਇਹ ਜਿਹੜੀ ਗੱਲ ਹੈ ਇਹ ਉਸ ਟਾਈਮ ਜਾਇਦਾ ਸਟੈਪ ਹੈ ਉਸ ਟਾਈਮ ਇਹ ਵਾਪਰਦਾ ਹੈ ਐਰਿਕਸਨ ਦੁਆਰਾ ਦਿੱਤਾ ਗਿਆ ਤੇ ਅਡੋਲਸੈਂਸ ਸਟੇਜ ਤੇ ਵਾਪਰਦਾ ਹੈ ਨੈਕਸਟ ਕੁਐਸਚਨ ਅ ਚਾਈਲਡ ਫਰੋਮ ਅ ਰਾਈਮ ਟੂ ਲਰਨ ਦਾ ਆਰਡਰ ਆਫ ਪਲੈਨਟਸ ਥਿਸ ਇਜ਼ ਨੋਨ ਐਸ ਮੀਨਿੰਗ ਕਿ ਜਿਹੜਾ ਬੱਚਾ ਹੈ ਗ੍ਰਹਿਆਂ ਦੇ ਕ੍ਰਮ ਨੂੰ ਯਾਦ ਰੱਖਣ ਦੇ ਲਈ ਤੁਕਬੰਦੀ ਕਰਦਾ ਹੈ ਤੇ ਇਹਨੂੰ ਕੀ ਕਿਹਾ ਜਾਂਦਾ ਹੈ ਇਹਨੂੰ ਕਹਿੰਦੇ ਨਿਊਮੈਮਿਕ ਨਿਊਮੋਨਿਕ ਐਮ ਇਹ ਦੇ ਵਿੱਚ ਸਾਈਲੈਂਟ ਹੈ ਨਿਊਮੋਨਿਕ ਬਰੋਨਰ ਆਇਡੈਂਟੀਫਾਈਡ 3 ਮੇਜਰ ਸਟੇजेस ਆਫ ਕಾಗ್ਨੀਟਿਵ ਗ੍ਰੋਥ आइडेंटिफाई द करैक्ट ऑर्डर ऑफ स्टेज ब्रूनर ने जोड़ा अपना कोटिव ग्रोथ है ज्ञानमयी विकास है वो तीन जे स्ट्स ने किड़े कि पहला है इनैक्टिव दूसरा आइकॉनिक, तीसरा है सिबॉलिक सिकिर प्रतिमपरिक प्रतीकात्मक मीनस इनैक्टिव आईकॉनिक सिंबोलिक डीएस स्टूडेंट्स यू थाउजेंड फोर्टीन का पेपर ਜੋ ਕਿ ਚਾਈਲਡ ਡਵੈਲਪਮੈਂਟ ਦੇ ਨਾਲ ਰਿਲੇਟਡ ਐਮਸੀਕਿਊ ਨੇ ਮੀਨਸ ਇਹ ਪੇਪਰ ਆਇਆ ਸੀ ਤੇ ਅਸੀਂ ਇਹਦੇ ਅਕੋਰਡਿੰਗ ਹੀ ਜਿਹੜੀ ਹੋਰ ਪ੍ਰੈਪਰੇਸ਼ਨ ਉਹ ਕਰਦੇ ਰਾਂਗੇ ਤਾਂ ਜੋ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਪੇਪਰ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਪੁੱਟ ਕੀਤੇ ਜਾਂਦੇ ਨੇ ਕਿਉਂਕਿ ਜਿਹੜਾ ਅਸੀਂ ਬੁੱਕ ਦੇ ਵਿੱਚੋਂ ਇਕੱਲੀ ਥਿਊਰੀ ਪੜ੍ਹਦੇ ਆ ਉਹਦੇ ਵਿੱਚੋਂ ਮੈਂ ਦੇਖਦੀ ਆ ਕੁਝ ਕੁਐਸਚਨ ਨੇ ਉਹ ਨਹੀਂ ਆਨਵਾਲੋ ਹੁੰਦੇ ਨਹੀਂ ਇਹਦੇ ਵਿੱਚ ਲਏ ਗਏ ਇਸ ਕਰਕੇ ਤੁਸੀਂ ਆਪਣੇ ਜਿਹੜੇ ਐਮਸੀਕਿਊ ਨੇ ਉਹਨਾਂ ਦੀ ਤਿਆਰੀ ਵੀ ਕਰਦੇ ਰਹੋ ਜਿੱਥੋਂ ਵੀ ਤੁਹਾਨੂੰ ਮਟੀਰੀਅਲ ਅਵੇਲੇਬਲ ਹੁੰਦਾ ਹੈ ਤੇ ਨਾਲ ਨਾਲ ਆਪਣੀ ਇੱਕ ਵੀ ਫੋਲੋ ਕਰੋ ਤਾਂ ਜੋ ਤੁਸੀਂ ਆਪਣਾ ਸਹੀ ਤਰੀਕਾ ਨਾਲ ਪ੍ਰੈਪਰੇਸ਼ਨ ਕਰ ਸਕੋ ਥੈਂਕਸ ਫॉर ਵਾਚਿੰਗ